अज के युग के विच नौजवान पीढ़ी पुरातन खेडां नूं पूरी तरह विसार चुकी है ते मोबाइल फोन के युग के विच अपने सभ्याचार नूं ही भुलदी जा रही है। जदों कि अज तुहानूं उस युग के विच लै के जाने आ जिथे लोग खेडदे होए चिक्कड़ दे विच डिग जांदे सन। मैं चिक्कड़ बन के उन्हां खेडां नूं बाजी आखदा ते पुरातन खेडां बारे जानकारी जिहड़ी है दित्ती जांदी है कि तुसीं फिर तों जुगलबंदी दी खेड खेडदे होए देखे ने कदी। शायद 35-40 साल की उम्र के नौजवानों ने यह नहीं देखी होगी तो खास करके शहरों में रहने वाले नौजवानों इन्ना पुरातन खेडा बारे पता भी नहीं होगा। तो जेकर वे शहरों में जेकर गल करिए उतों की नौजवान पीढ़ी जुगाड़ुआ वालों खेडिया जा रही पुरातन खेडों तो बिल्कुल अनजाण हो जो मोगे पुरातन खेडा खेडिया जा रही ने तो 40 साल बाद पंजाब के वक् वक् हिस्सों तो आए जुगलबंदी तो मोगा के स्टेडियम के ढोल की धुन पर यह खेड खेडे जाएंगे। अज दियां खेडां विच जुगलबंदी रस्सी नूं मुड़ खिचना अग दे गोले विचों छाल मारना मंजा टपकाना ते गले दे विच लोहे दे राडा पा के खेडना सारियां खूबसूरत खेडां जिहड़ियां कि इस अजकल दे युग दे विच पुरातन समें दी यादां ताज़ियां करदियां ने तुहाडे नाल जानकारी जिहड़ी है इस मौके दी सांझी करदे आं। ਫਤਿਹਜੀਤ ਸਿੰਘ ਬਟਿਆ ਤੁਸੀਂ ਇੱਥੇ ਆਏ ਹੋ ਬਾਜੀ ਪੈ ਰਹੀ ਹੈਗੀ ਹੈ ਤੁਹਾਨੂੰ ਬਾਜੀ ਬਾਰੇ ਪਤਾ ਕੀ ਹੈ ਸਾਨੂੰ ਜੀ ਮੇਰੇ ਤਾਂ ਪਾਪਾ ਨੇ ਦੱਸਿਆ ਕਿਉਂਕਿ ਉਹਨਾਂ ਨੇ ਆਪ ਛੋਟੇ ਹੁੰਦੇ ਦੇਖਿਆ ਹੈਗੀਆਂ ਅਤੇ ਅੱਜ ਅਸੀਂ ਪਹਿਲਾਂ ਵੀ ਆਏ ਸੀ 12 ਵਜੇ ਅਤੇ ਉਦੋਂ ਹਜੇ ਇਹਨਾਂ ਨੇ ਚਾਲੂ ਨਹੀਂ ਕੀਤੀ ਸੀ ਬਾਜੀ ਪਾਉਣੀ ਅਤੇ ਫਿਰ ਹੁਣ ਮੈਂ ਅਤੇ ਮੇਰਾ ਦੋਸਤ ਦੁਬਾਰਾ ਆਏ ਦੇਖਣ ਅਤੇ ਸਪੈਸ਼ਲੀ ਘਰਦਿਆਂ ਨੇ ਕਹੇ ਦੇਖ ਕੇ ਉਹ ਤੁਸੀਂ ਕਦੇ ਦੇਖਿਆ ਨਹੀਂ ਕਿਉਂਕਿ ਪਿੰਡਾਂ ਵਿੱਚ ਤਾਂ ਲੱਗਦੀਆਂ ਹੁੰਦੀਆਂ ਮੇਲਿਆਂ 'ਚ ਪਰ ਹੁਣ ਜੇ ਸ਼ਹਿਰਾਂ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ ਕਿੱਥੇ ਹੁਣ ਲੱਗਦੀਆਂ ਇੱਥੇ ਵੀ ਮੇਰੇ ਹਿਸਾਬ ਨਾਲ ਪਹਿਲੀ ਵਾਰ ਲੱਗਦੀ ਆ ਅਤੇ ਬਹੁਤ ਵਧੀਆ ਲੱਗ ਰਿਹਾ ਦੇਖ ਕੇ ਹੁਣ ਅਸੀਂ ਦੇਖਣਾ ਹੈ ਮੇਰੀ 17 ਸਾਲ ਦੀ ਕਦੇ 17 ਸਾਲਾਂ ਦੇ ਵਿੱਚ ਕਦੇ ਦੇਖਿਆ ਸੀ ਇਦਾਂ ਦਾ ਨਾ ਜੀ ਨਾ ਪਹਿਲੀ ਵਾਰੀ ਦੇਖਿਆ ਦੇਖਣਾ ਹੈ ਕਿਸ ਤਰ੍ਹਾਂ ਦਾ ਲੱਗਾ ਅੱਜ ਤੁਹਾਨੂੰ ਬਹੁਤ ਵਧੀਆ ਲੱਗਿਆ ਜੀ ਦੇਖ ਕੇ ਕਿਉਂਕਿ ਆਹ ਤਾਂ ਆਪਣੇ ਵਿਰਾਸਤ 'ਚ ਹੀ ਮਿਲੀਆਂ ਆਪਾਂ ਨੂੰ ਇਹ ਖੇਡਾਂ ਗੇਮਾਂ ਸਕੂਲਾਂ ਵਿੱਚ ਵੀ ਹੋਣੀਆਂ ਚਾਹੀਦੀਆਂ ਜਿਹੜੇ ਬੱਚਿਆਂ ਨੂੰ ਆਪਦੇ ਜਿਹੜੇ ਪਹਿਲਾਂ ਪੁਰਾਣੇ ਜ਼ਮਾਨੇ ਵਿੱਚ ਗੇਮਾਂ ਹੁੰਦੀਆਂ ਸੀ ਉਹਨਾਂ ਨਾਲ ਜੁੜ ਸਕਣ ਅਤੇ ਹੋਰ ਖੇਡ ਸਕਣ ਅਤੇ ਉਹਨਾਂ ਨੂੰ ਪਤਾ ਲੱਗੇ ਪੁਰਾਣੀਆਂ ਗੇਮਾਂ ਬਾਰੇ ਮੋਬਾਈਲਾਂ 'ਤੇ ਵੀ ਨਹੀਂ ਦੇਖੀਆਂ ਮੋਬਾਈਲਾਂ 'ਤੇ ਇਸ ਟਾਈਮ ਲਾਈਵ ਦਾ ਕਿੰਨਾ ਕੁ ਅੰਤਰ ਹੈ ਮੋਬਾਈਲਾਂ 'ਤੇ ਜੀ ਵਾਹਵਾ ਅੰਤਰ ਹੈ ਹੁਣ ਕਿਉਂਕਿ ਜਿਹੜਾ ਅਸਲ ਵਿੱਚ ਦੇਖਣ ਦੇ ਵਿੱਚ ਅਤੇ ਜਿਹੜਾ ਮੋਬਾਈਲਾਂ 'ਤੇ ਦੇਖਣ 'ਚ ਬਹੁਤ ਫਰਕ ਹੁੰਦਾ ਆਪਸ 'ਚ ਦੂਰੀਆਂ ਵੀ ਘਟੀਆਂ ਤੁਹਾਡੀਆਂ ਹਾਂਜੀ ਦੂਰੀਆਂ ਵੀ ਘਟੀਆਂ ਆਪਸ 'ਚ ਹਾਂਜੀ ਹਾਂਜੀ ਜ਼ਰੂਰ ਜੀ ਦੂਰੀਆਂ ਘਟੀਆਂ ਦੇਖ ਲਓ ਤੁਸੀਂ ਪਹਿਲਾਂ ਰਿਸ਼ਤੇਦਾਰ ਘਰੇ ਜਾ ਕੇ ਮਿਲਦੇ ਹੁੰਦੇ ਸੀਗੇ ਇੱਕ ਦੂਜੇ ਦੇ ਕੋਈ ਚਾਚੇ ਤਾਏ ਮਾਮੇ ਹੁਣ ਕੋਈ ਸ਼ਹਿਰ 'ਚ ਰਹਿੰਦਾ ਕੋਈ ਕਿਤੇ ਨਾ ਫੋਨ 'ਤੇ ਗੱਲਬਾਤ ਕਰ ਲੈਂਦੇ ਅਤੇ ਬਸ ਫਿਰ ਸਿੱਖਣ ਨੂੰ ਆਹੀ ਮਿਲਿਆ ਜੀ ਪੁਰਾਣੀਆਂ ਗੇਮਾਂ ਨਾਲ ਜੁੜੋ ਅਤੇ ਆਪਦਾ ਸਿਹਤਮੰਦ ਰਹੋ ਖੇਡੋ ਕੁੱਦੋ ਅਤੇ ਵਧੋ ਫੁੱਲੋ ਜੀ ਲਗਭਗ 4-5 ਦਹਾਕਿਆਂ ਤੋਂ ਜਿਹੜੀਆਂ ਇਹ ਚੀਜ਼ਾਂ ਲੁਪਤ ਹੋਣ ਕੰਢੇ ਆ ਲਗਭਗ ਬਾਜੀ ਬਾਜੀਗਰ ਸ਼ਬਦ ਸ਼ਾਇਦ ਹੀ ਹੁਣ ਵਾਲੀ ਪੀੜ੍ਹੀ ਦੇ ਕੰਨੀ ਪਏ ਹੋਣ ਸੋ ਅੱਜ ਇਹ ਨਵੇਕਲਾ ਉਪਰਾਲਾ ਜਿਹੜਾ ਮੋਗਾ ਦੇ ਵਿੱਚ ਹੋ ਰਿਹਾ ਸੋ ਅਸੀਂ ਸਾਰੇ ਹੀ ਬਹੁਤ ਖੁਸ਼ ਹਾਂ ਅਤੇ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਹੋਰ ਹੁੰਦੇ ਰਹਿਣਗੇ ਸਾਡੀ ਮਾਂ ਬੋਲੀ ਪੰਜਾਬੀ ਦੇ ਵਿੱਚ ਲੋਕ ਗੀਤਾਂ ਬੋਲੀਆਂ ਦੇ ਵਿੱਚ ਵੀ ਅਕਸਰ ਹੀ ਇਹਨਾਂ ਦਾ ਜ਼ਿਕਰ ਆਉਂਦਾ ਰਹਿੰਦਾ ਹੈ ਕਿ ਤਖੀਏ ਪੈਂਦੀ ਬਾਜੀ ਵੇ ਤੂੰ ਬਾਜੀ ਕਿਉਂ ਨਹੀਂ ਵੇਖਦਾ ਸੋ ਆਉਣ ਵਾਲੀ ਪੀੜ੍ਹੀ ਨੂੰ ਇਸ ਨਾਲ ਜੋੜਨ ਦੇ ਲਈ ਬਹੁਤ ਸੋਹਣਾ ਉਪਰਾਲਾ ਇਹ ਵਿਰਸਾ ਸੰਭਾਲ ਸੰਸਥਾ ਵੱਲੋਂ ਕੀਤਾ ਗਿਆ ਹੈ ਕਿਉਂਕਿ ਨਵੀਂ ਪੀੜ੍ਹੀ ਜਿਹੜੀ ਹੈ ਮੋਬਾਈਲ ਦੇ ਯੁੱਗ 'ਚ ਵੜ ਚੁੱਕੀ ਹੈਗੀ ਜੀ ਉਹਨਾਂ ਨੂੰ ਕੀ ਮੈਸੇਜ ਦਿੰਦੀਆਂ ਹੈਗੀਆਂ ਦੇਖੋ ਸਾਰੇ ਹੀ ਪੇਰੈਂਟਸ ਇਸ ਚੀਜ਼ ਤੋਂ ਦੁਖੀ ਆ ਪਰ ਨਾ ਚਾਹੁੰਦੇ ਵੀ ਅਸੀਂ ਇਸ ਚੀਜ਼ ਤੋਂ ਪਾਸੇ ਨਹੀਂ ਹਟਾ ਸਕਦੇ ਹੈ ਨਾ ਸਮੇਂ ਦੀ ਜ਼ਰੂਰਤ ਬਣ ਗਈ ਆ ਅੱਜ ਦੇ ਦੀ ਸੋ ਇਹ ਕਹਿਣਾ ਕਿ ਉਹਨਾਂ ਨੂੰ ਬਿਲਕੁਲ ਹੀ ਮੋਬਾਈਲ ਫੋਨ ਨਾ ਦਿੱਤਾ ਜਾਵੇ ਤਾਂ ਮੈਨੂੰ ਨਹੀਂ ਲੱਗਦਾ ਵੀ ਇਹ 'ਚ ਕੋਈ ਸੱਚਾਈ ਹੈ ਜਾਂ ਇਹ ਚੀਜ਼ ਪੋਸੀਬਲ ਹੋ ਸਕਦੀ ਹੈ ਨਾ ਸੋ ਇਹ ਹੋ ਸਕਦਾ ਕਿ ਇੱਕ ਸਮਾਂ ਡਿਸਾਈਡ ਕਰ ਦਿੱਤਾ ਜਾਵੇ ਕਿ ਇੰਨੇ ਹੀ ਸਮਾਂ ਮੋਬਾਈਲ ਵਰਤਣ ਉਸ ਤੋਂ ਇਲਾਵਾ ਉਹ ਜ਼ਿਆਦਾ ਫੋਕਸ ਕਰਨ ਜਿਹੜੀਆਂ ਆਊਟਡੋਰ ਗੇਮਸ ਹੁੰਦੀਆਂ ਬੱਚਿਆਂ ਦੀਆਂ ਸੋ ਜਿਸ ਤਰ੍ਹਾਂ ਸਾਨੂੰ ਸਾਰਿਆਂ ਨੂੰ ਹੀ ਪਤਾ ਕਿ ਇੱਕ ਚੰਗਾ ਜਿਹੜਾ ਸਰੀਰ ਆ ਦਿਮਾਗ ਆ ਉਹ ਚੰਗੇ ਸਰੀਰ ਵਿੱਚ ਹੁੰਦਾ ਆ ਸੋ ਇਸ ਤਰ੍ਹਾਂ ਦੀਆਂ ਗੇਮਸ ਦੇ ਵਿੱਚ ਬੱਚੇ ਇੰਟਰਸਟ ਲੈਣਗੇ ਬਾਹਰੀ ਖੇਡਾਂ ਖੇਡਣਗੇ ਤਾਂ ਨੈਚੁਰਲ ਜੀ ਗੱਲ ਆ ਕਿ ਉਹ ਆਪਣੇ ਸਰੀਰ 'ਤੇ ਵੀ ਧਿਆਨ ਦੇਣਗੇ ਆਪਣੇ ਨਸ਼ਿਆਂ ਤੋਂ ਦੂਰ ਰਹਿਣਗੇ ਇਹ ਮੈਨੂੰ ਲੱਗਦਾ ਸਭ ਤੋਂ ਸੋਹਣਾ ਉਪਰਾਲਾ ਆ ਜੋਗਿੰਦਰ ਸਿੰਘ ਆ ਜੀ ਇਹ ਜੋ ਤੁਸੀਂ ਅੱਜ ਵੇਖ ਰਹੇ ਆ ਸਾਡਾ ਜਿਹੜਾ ਪੁਰਾਣਾ ਵਿਰਸਾ ਜੋ ਆਪਣੇ ਵਿੱਚੋਂ ਕਲਾ ਲੋਪ ਹੁੰਦੀ ਜਾ ਰਹੀ ਆ ਅਸੀਂ ਉਸ ਕਲਾ ਨੂੰ ਸਾਂਭ ਕੇ ਰੱਖਿਆ ਹੋਇਆ ਆ ਸਾਡੇ ਅਸੀਂ ਇਹ ਤੀਜੀ ਪੀੜ੍ਹੀ ਦੇ ਵਿੱਚ ਬਾਜੀ ਪਾ ਰਹੇ ਹਾਂ ਜਿਹੜੀ ਇਹ ਬਾਜੀ ਹੈ ਸਾਡੀ ਬਾਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਜੀ ਲਿਖੀ ਹੋਈ ਹੈ ਸਾਨੂੰ 6ਵੇਂ ਪਾਤਸ਼ਾਹ ਦਾ ਵਰਦਾਨ ਹੋਇਆ ਆ ਇਹ ਬਾਜੀ ਜਿਹੜੀ 6ਵੇਂ ਪਾਤਸ਼ਾਹ ਦੇ ਦੀਵਾਨਾਂ 'ਚ ਬਾਜੀਆਂ ਪੈਂਦੀਆਂ ਸੀ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਅਖਾੜਾ ਸਾਹਿਬ ਗੁਰਦੁਆਰਾ ਜਿੱਥੇ 6ਵੇਂ ਪਾਤਸ਼ਾਹ ਦੇ ਪੁੱਤਾਂ ਵਾਂਗੂ ਪਾਲੇ ਹੋਏ ਪੈਂਦੇ ਖਾਂਦੇ ਨਾਲ ਕੁਸ਼ਤੀ ਲੜਿਆ ਕਰਦੇ ਉਹਨਾਂ ਦੇ ਅਖਾੜੇ ਦੇ ਵਿੱਚ ਸਾਡੀ ਬਾਜੀ ਪੈਂਦੀ ਸੀ ਨਾਲ ਨਾਲ ਘੋੜ ਸਵਾਰੀਆਂ ਗੱਤਕੇ ਬਾਜੀਆਂ ਨੇਜੇ ਬਾਜੀਆਂ ਹੁੰਦੀਆਂ ਸੀ
क्योंकि असं जी आने वाली पीढ़ी इन चीज़ों भुलती जाती है। साड़ी जी आने वाली पीढ़ी आ असी आने वाली पीढ़ी में यो ही स्नेहा देवे भी नशियां तो दूर रहो, अपने शरीर सामभ के रखो, वो तो वह मेहनत करो, जिनी भी होंगी आ कबड्डी खेडो, फुटबॉल खेडो, बास्केटबॉल, इनू बाजी में असी जिमनास्टिक की खेड कहा जाता है। सानू पिंडां दे विच इसनू बाजीगर कह दें, पिंडां दी बाजी होंगी आ अंग्रेजी दे विच इनू आपां जिमनास्टिक कह दें। असी हुण बेनती इहो करांगे जिहड़ी साडियां आउण वालियां सरकारां आ, असी हिंदुस्तान के कोने कोने ते बाजियां पाईयां किस सरकार ने साडे कोई सानू कोई लाभ नहीं दिता। साई कहने सरकार ने यही बेनती करते हैं भी सानू हुण नौकरी तो की देनी आ, साडे बच्चों नौकरियां देन, पढ़े लिखे बच्चे साडे, तो सानू ये जी बाजी आ ये असी हुण तीजी कला दे विच चौथी पीढ़ी जे बाजी खत्म हो गई आ, इस तो बाद अगली चौथी पीढ़ी दे विच बाजी नहीं पाई जा। की कारण है जी ये क्यों खत्म हो रही है? बाजी कारण यही है कि जिवें असी पंजाब दे मुख्यमंत्री बादल साहब नू पांच बार बाजी पाई या कैप्टन साहब नू, ए पी कलाम तीन बार, मोदी साहब नू बाजी पा के विखाती है, पर सरकार ने सानू कोई बनता कोई स्पॉन्सर नहीं दिता। इस करके साडा हुण मन नहीं करता भी असं बच्चों इस लाइन से लाइए, असं कहने आपके बच्चे साढ़े हुण पढ़ लिख जाएंगे जो कि आपकी उन्होंने जिहड़ी चंगी गेम लगेगी उही करनगे, ये बाजी असं बिल्कुल नहीं। अजकल ना तो सरकार भी नहीं इस काम वल ध्यान दे रही कि जेडे अजकल हुण मीडिया का युग है, बच्चे ज़्यादा मोबाइलों के ही प्रभाव में होए फिरते हैं। असं कहने भी वो तो वे साडे जो सरकारी प्रोग्राम मिलन सानू वो तो वे जिमें हूँ पंजाब खेडा हो साडिया, सानू सरकार कोई माण पत्ते दे तो असं साडी जी आने वाली पीढ़ी आ पिंडां दे शहरां दे बच्चे वेखण, उन्हां नूं पता लगे साडा पुराना कल्चर की सी, इह साडे कल्चर नाल जुड़ना, वो तो वध कला वेखण साडी। पाल सिंह जी मोगे दे विच बाजी पै रही है, बाजी कला, हाँ जी हाँ जी, जे तुहाडी आपां लाइफ की गल करिए तुसीं देखिया सी पहला? अगे देखिया 40-45 साल हो गए घट्टो घट्ट, अगे देखिया 45 साल, हाँ ता ही असीं याद करदे वेखी जरूर असीं अगे वी आज ता ही वेखने अज वी। ठीक है, भुल रहा जो भुल गया किसी, ठीक है, पर बहुत वधिया है, बंदे वेखणगे नशे पत्ते बंदा रहा तुम हुण काम वधिया, मिट्टी च मिट्टी होना पैंदा, हाँ जी हाँ जी, मेहनत है। मोगे तो राजू पासी की रिपोर्ट, पब्लिक टाइम।